अमरीका तो परत्या कोरोना वायरस का शक्की मरीज सिविल हस्पताल मोहाली दे आइसोलेशन वार्ड विच दाखल। अमरीका तो आए कोरोना वायरस दे शक्की मरीज नू जिला हस्पताल विच दाखल किया गया है। उसके तमाम नमूने लैके दिल्ली विखे एम्स हस्पताल विच भेज दिते गए हैं, जिन्हां दी रिपोर्ट 48 घंटिया बाद आवेगी। सिविल सर्जन डॉक्टर मनजीत सिंह ने दसिया कि मोहाली जिले का रहने वाला यह व्यक्ति हाल ही विच अमरीका तो परतिया सी, जिसका उत्थे कोरोना वायरस तो पीड़ित व्यक्ति नाल संपर्क रहा सी। उन्होंने दसिया कि इस व्यक्ति अंदर कोरोना वायरस के कुछ लक्षण हैं, जिस कारण एहतियात वजो उसे जिला हस्पताल के आइसोलेशन वार्ड में रखा गया है और उसकी हालत स्थिर है। उन्होंने स्पष्ट किया कि पंजाब विच कोरोना वायरस का हुण तक कोई केस सामने नहीं आया है। जिहड़े मरीजों के सिर्फ शक के आधार पर सैंपल लए गए हैं, वह सारे सैंपल नैगेटिव आए हैं। उन्होंने दसिया मोहाली जिले विच असीं सब तो पहला डेढ़ महीने तो भी पहला सारिआं नूं इसलिए अवेयर किया हुआ, सारी एडवाइजरीज असीं इशू कीतीआं लोकां लई भी ते अपने स्टाफ लई भी। वी आर ऑल प्रिपेयर्ड जे किसी किस्म की कोई स्थिति आती है। पहली गल हैगी है भी असीं 300 दे करीब जिहड़े पैसेंजर ने इन्हां पीरियड च जे वह अफेक्टेड कंट्री चों आए ने, ਸਾਡੇ ਕੋਲ ਉਹਨਾਂ ਦੀ ਲਿਸਟ ਆ ਜਾਂਦੀ ਹੈ। ਅਸੀਂ ਉਹਨਾਂ ਨੂੰ ਸਾਡੀਆਂ ਹੈਲਥ ਟੀਮਾਂ ਨੇ ਅੰਡਰ ਸਰਵੇਲੈਂਸ ਰੱਖਿਆ ਹੋਇਆ, ਦੇ ਆਰ ਹੋਮ ਆਈਸੋਲੇਸ਼ਨ ਦੇ ਵਿੱਚ ਨੇ ਅਤੇ ਉਹਨਾਂ ਨੂੰ ਸਾਰਾ ਜਿਹੜਾ ਹੈਗਾ ਟੀਚ ਕੀਤਾ ਗਿਆ ਸਾਡੀਆਂ ਟੀਮਾਂ ਦੁਆਰਾ ਵੀ ਤੁਸੀਂ ਜੇ ਕੋਈ ਤੁਹਾਨੂੰ ਫਲੂ ਲਾਈਕ ਸਿਮਟਮਸ ਆਉਂਦੇ ਹੈ, ਯੂ ਹੈਵ ਟੂ ਰਿਪੋਰਟ ਦੀ ਨੀਅਰੈਸਟ ਹੈਲਥ ਫੈਸਿਲਿਟੀ। ਉਹ ਤੋਂ ਬਾਅਦ ਜੇ ਕੋਈ ਇੱਦਾਂ ਦੀ ਲੋੜ ਹੋਊਗੀ ਤਾਂ ਅਸੀਂ ਆਪਣੇ ਆਈਸੋਲੇਸ਼ਨ ਰੂਮ 'ਚ ਉਹਨਾਂ ਨੂੰ ਲਿਆ ਕੇ ਐਡਮਿਟ ਕਰਕੇ ਉਹਨਾਂ ਦੀ ਸੈਂਪਲਿੰਗ ਕਰਾਂਗੇ। ਹੁਣ ਤੱਕ ਅਸੀਂ 12 ਸੈਂਪਲ ਪਹਿਲਾਂ ਭੇਜੇ ਸੀਗੇ, 13ਵਾਂ ਅਸੀਂ ਕੱਲ੍ਹ ਜਿਹੜਾ ਹੈਗਾ ਇਹ ਪੇਸ਼ੈਂਟ ਦਾ ਭੇਜਿਆ ਹੈਗਾ ਅਤੇ 12 ਦੇ 12 ਪਹਿਲਾਂ ਨੈਗੇਟਿਵ ਆਏ ਸੀ। ਇਹ ਪੇਸ਼ੈਂਟ ਦੀ USA 'ਚ ਜਾਣ ਦੀ ਹਿਸਟਰੀ ਹੈ ਕਿਸੇ ਬਿਜ਼ਨਸ ਦੇ ਕੰਸਰਨ 'ਚ, ਉੱਥੇ ਇਹਦੇ ਸਾਥੀ ਨੂੰ ਇੱਕ ਨੂੰ ਪੋਜ਼ਿਟਿਵ ਆਇਆ, ਇਸ ਕਰਕੇ ਇਹਦੇ ਚਾਹੇ ਮਾਈਲਡ ਸਿਮਟਮ ਵੀ ਸੀਗੇ ਤਾਂ ਅਸੀਂ ਉਹਦੇ ਸ਼ੱਕ ਦੇ ਆਧਾਰ 'ਤੇ ਜਿਹੜਾ ਇਹਨੂੰ ਦਾਖਲ ਕਰਕੇ ਅਤੇ ਇਹਦਾ ਜਿਹੜਾ ਹੈਗਾ ਸੈਂਪਲ ਭੇਜ ਦਿੱਤਾ। ਔਰ ਜਿੰਨਾ ਚਿਰ ਤੱਕ ਸੈਂਪਲ ਨਹੀਂ ਆਉਂਦਾ ਇਹ ਸਾਡੇ ਕੋਲ ਹੋਸਪਿਟਲ ਆਬਜ਼ਰਵੇਸ਼ਨ 'ਚ ਹੀ ਰਹੇਗਾ, ਬਾਕੀ ਉਹਦੇ ਤੋਂ ਬਾਅਦ ਇਹਦੀ ਕੰਡੀਸ਼ਨ ਦੇ ਮੁਤਾਬਕ ਜਿਹੜਾ ਡਿਸੀਜ਼ਨ ਸਾਡੇ ਮੈਡੀਕਲ ਸਪੈਸ਼ਲਿਸਟ ਲੈਣਗੇ। ਜੇ ਕਿਸੇ ਤਰੀਕੇ ਨਾਲ ਕੋਈ ਪੋਜੀਸ਼ਨ ਸਾਨੂੰ ਲੱਗਦਾ ਵੀ ਇਹਦੇ 'ਚ ਕੋਈ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਤਾਂ ਸਾਡੇ ਨੈਕਸਟ ਲੈਵਲ 'ਤੇ ਟਰਸ਼ਰੀ ਲੈਵਲ 'ਤੇ ਟ੍ਰੀਟ ਕੀਤਾ ਜਾਊਗਾ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੇ ਸਮੁੱਚੇ ਸਟਾਫ ਨੂੰ ਇਸ ਬਿਮਾਰੀ ਦੇ ਲੱਛਣਾਂ ਅਤੇ ਬਚਾਅ ਬਾਬਤ ਸਿਖਲਾਈ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਹਸਪਤਾਲ ਮੋਹਾਲੀ, ਸਬ ਡਿਵੀਜ਼ਨਲ ਹਸਪਤਾਲ ਡੇਰਾਵਸੀ ਅਤੇ ਖਰੜ ਵਿਖੇ ਪਹਿਲਾਂ ਹੀ ਵਿਸ਼ੇਸ਼ ਆਈਸੋਲੇਸ਼ਨ ਵਾਰਡ ਬਣਾਏ ਜਾ ਚੁੱਕੇ। ਮੋਹਾਲੀ ਤੋਂ ਸਕਾਈ ਹੱਕ ਟਾਈਮ ਲਈ RP ਵਾਲੀਆ ਦੇ ਨਾਲ ਰਾਜਕੁਮਾਰ ਅਰੋੜਾ ਦੀ ਰਿਪੋਰਟ।